आकाशवाणी जमू आहे तुस जगमोहन शर्मा खबरां सुनो ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਉਰ ਨੇ ਕਲਸੀ ਨਗਰ ਚ 2000 ਕਰੋੜ ਰੁਪਏ ਦੀ ਲਾਗਤ ਵਾਲੇ 240 ਬਗਬਗ ਪ੍ਰੋਜੈਕਟ ਦਾ ਕਿਸ਼ਤਾ ਉਦਘਾਟਨ ਕੀਤਾ ਤੇ ਕਈਆਂ ਦਾ ਨੀਂਹ ਪੱਥਰ ਰੱਖਿਆ ਆਪਣੇ ਸੰਬੋਧਨ ਚ ਅਮਿਤ ਸ਼ਾਉਰ ਨੇ ਆਖਿਆ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਜੰਮੂ ਕਸ਼ਮੀਰ ਚ ਬੇਸਾਬ ਬੇਤਰੱਕੀ ਬਾਦ ਦੇ ਕੰਮੇ ਦੀ ਝੜੀ ਲਾਈਏ ਇਥੋਂ ਦੇ ਲੋਕਾਂ ਕੀ ਵਿਕਾਸ ਦੇ ਨਵੇਂ ਦੌਰ ਦਾ ਗਵਾਹ ਬਣਾਈ ਦਿੱਤਾ ਜੇ ਦੀ ਖੁਸ਼ੀ ਲੋਕਾਂ ਦੇ ਚਿਹਰੇ ਪਰ ਸਾਫ ਦਿਖੀ ਜਾ ਸਕਦੀ ਹੈ ਉਹਨੇ ਆਖਿਆ ਜੇ ਪਹਿਲੇ ਜੰਮੂ ਕਸ਼ਮੀਰ ਚ ਤਰੋਂ ਪਰਿਵਾਰਾਂ ਦਾ ਰਾਜ ਹੁੰਦਾ ਹ ਜਿਨੇ ਜੰਮੂ ਕਸ਼ਮੀਰ ਦੇ ਵਿਕਾਸ ਬਾਦ ਦੇ ਇਥ ਦੀ ਪੁਲਾਈ ਬੈਟਰੀ ਲਈ ਕੈਸ਼ ਵੀ ਨਹੀਂ ਕੀਤਾ ਪਰ ਜਿੱਥੇ ਲੋਕਤੰਤਰ ਭਲਿਆਂ ਏਟਲੀ ਸਤਾ ਤੱਕਰ ਮਜ਼ਬੂਤੀ ਕਰਨੇ ਲੋਕਾਂ ਕੀ ਲਾਭ ਉਜਾ ਕਰਦਾ ਓਨੇ ਆਖਿਆ ਜੋ ਉਨ ਪ੍ਰਸ਼ਟachar ਦੇ ਨਕੇਲ ਵੀ ਕਸੋਈ ਕੇ ਦੀ ਹੈ ਤੇ ਲੋਕਾਂ ਲਈ ਆਉਣਿਆਲਾ ਪੈਹਾ ਲੋਕਾਂ ਦੀ ਬੈਟਰੀ ਉੱਪਰ ਖਰਚ ਕੀਤਾ ਜਾ ਕਰਦਾ ਓਨੇ ਆਖਿਆ ਜ ਤਰੋਂ ਪਰਿਵਾਰਾਂ ਦੇ ਰਾਜ ਜ ਜੰਮੂ ਕਸ਼ਮੀਰ ਪਿਛਲੇ ਸਤਰੇ ਬਰੇਂਚ 15000 ਕਰੋੜ ਰੁਪਏ ਦੀ ਰਾਸ ਪੂੰਜੀ ਲੱਗੀ ਜਿਸ ਲਈ ਤੇ ਪਿਛਲੇ ਛੜੇ ਤਰੋਂ ਬਰੇਂਚ ਕੇ 56000 ਕਰੋੜ ਰੁਪਏ ਦਾ ਨਿਵੇਸ਼ ਇੱਥੇ ਹੋ ਚੁੱਕਾ ਦਾ ਕੇਂਦਰੀ ਗ੍ਰਿਸ਼ਮ ਮੰਤਰੀ ਕਲਸ਼੍ਰੀ ਨਗਰ ਜੀ ਕੁਚੀ ਸੱਤਵੀਂ ਬੈਠਕ ਅਜੇ Jammu Kashmir ਦੇ ਪੂਰੇ ਪ੍ਰਾਤੇ ਸੁਰੱਖਿਆਲਾ ਦਾ ਜਾਜਲਤਾ ਉਹਨੇ ਆਖਿਆ ਜੇ Jammu Kashmir ਕੀ ਇਨਸਾਤਿਆ ਅਤੰਗਵਾਦ ਕੋਲਾ ਪੂਰੀ ਚਾਲੀ ਮੁਕਤ ਕਰਨ ਲਈ ਅਤੰਗਵਾਦ ਰੋਧੀ ਕਾਰਵਾਈਆਂ ਚ ਤੇਜ਼ੀ ਆਂਦੀ ਜਾ बैठक लेफ्टिनेंट गवर्नर मनोज सिन्हा अलावा भारत सरकार फौज केंद्रीय थेरबंद बल जम्मू कश्मीर पुलिस ते खुफिया एजेंसियों के बड़् अफसर भी मौजूद हे गृहमंत्री उपूमा तामेल बनाइए कम करने जे आतंकवाद दा पूरी चाली सफाया कि जा ते जम्मू कश्मीर दी कुसा भी गली कु भी नुक्र च आतंकवाद या हिंसा दा कोई खतरा नहीं अमित शाह आ जम्मू कश्मीर च मतदाता सूचकें की दे बाद नमिया वोटर लिस्टा तैयार हो जाने पर इथे विधानसभा चुनाव करवाए जाड़न उने आख्या जा सरकार सियासी प्रक्रिया शुरू कर दी है प्रक्रिया मुकमल होने बाद पूरी तफसील चुनाव आयोग को सौंपी दी बाद इथे पूरी चाली पारदर्शी साफ सुथरे ने चुनाव करवाए जाग ਕਾਨੂੰਨ ਮੰਤਰੀ ਕਿਰਨ ਰਿਜਜੂ ਹੋਰੇ ਆਖਿਆ ਜੇ ਲੋਕਾਂ ਦੀ ਨੁਮਾਇੰਦਗੀ ਸਰਬੰਧੀ ਕਾਨੂੰਨ ਚ ਸੰਸ਼ੋਧਨੇ ਰਾਏ ਚੋਣਾਵੀ ਪ੍ਰਕਿਰਿਆ ਚ ਵੱਡੇ ਸੁਧਾਰ ਆਣਨੇ ਕਿਤੇ ਸਰਕਾਰ ਚੋਣ ਆਯੋਗ ਕਨੇ ਗੱਲਬਾਤ ਕਰਾ ਕਰਦੀ ਹੈ ਇੱਕ ਅਖਬਾਰ ਕੀ ਦਿੱਤੇ ਗਏ ਦੇ ਇੰਟਰਵਿਊ ਚ ਨੇ ਆਖਿਆ ਜੇ ਬਦਲਵਾ ਕਰਦਾ ਸਮਾਂ ਤੇ ਹਾਲਾਤ ਕਿਸ ਚੋਣਾਵੀ ਕਾਨੂੰਨੇ ਚ ਤਬਦੀਲੀਆਂ ਦੀ ਮੰਗ ਕਰਾ ਕਰਦੇ ਨੇ ਜਿੰਦੇ ਨੇ ਇਸ ਪ੍ਰਕਿਰਿਆ ਚ ਪਾਰਦਰਸ਼ਤਾ ਤੇ ਜਵਾਬਦੇਹੀ ਯਕੀਨੀ ਬਣੋਗਾ ਰਿਜਜੂ ਹੋਰੇ ਆਖਿਆ ਜੇ ਵਿਆਪਕ ਸਲਾਹ مشਵਰੇ ਪ੍ਰੈਂਟ ਕੇਂਦਰ ਸਰਕਾਰ ਵੱਡੇ ਚੁਣੌਵੀ ਸੁਧਾਰੇ ਲਈ ਗਈ ਪੋਟੋਗ ਦੀ ਲੋੜ ਨੂੰ ਸਹੀ ਕਿਤੇ ਜਾ ਕਰਦੀ ਹੈ ਚੋਣਾਂ ਚ ਕਾਲੇਤਰ ਹੈ ਦੇ ਇਸਤੇਮਾਲ ਪਰ ਰੋਕ ਲਾਣ ਲਈ ਚੋਣ ਆਯੋਗ ਨੇ ਸਰਬੰਧਿਤ ਕਾਨੂੰਨ ਚ ਬਦਲਾਵ ਆਨਿਆस्ते ਕਾਨੂੰਨ ਮੰਤਰਾਲੇ ਕੀ ਚਿੱਠੀ ਲਿਖੀ ਭੇਜੀ ਹੈ ਭਾਰਤ ਦੁਨੀਆ ਦਾ ਖੰਡੂ ਦਾ ਸਭਨੇਸ਼ ਵੱਡਾ ਉਤਪਾਦਕ ਤੇ ਦੁਆ ਸਭਨੇਸ਼ ਵੱਡਾ ਨਿਰਯਾਤਕ ਬਣ ਗਿਆ ਮੁਲਕਾ ਜੀ 2021 ਬਾਈ ਵਾਲੇ ਰੁੱਤਾ ਦੌਰਾਨ 5000 ਲੱਖ ਮੀਟ੍ਰਿਕ ਟਨ ਥਾਵਾ ਮਤੇ ਗੰਨੇ ਦਾ ਰਿਕਾਰਡ ਉਤਪਾਦਨ ਹੋਇਆ ਉਪਭੋਗਤਾ ਮਾਮਲੇ ਖੁਰਾਕ ਤੇ ਸਰਵਜਨਿਕ ਵੰਡ ਸਰਬੰਧੀ ਮੰਤਰਾਲੇ ਨੇ ਆਖਿਆ ਜੇ ਇਹ ਮੌਸਮ ਭਾਰਤ ਚ ਖੰਡੂ ਸਰਬੰਧੀ ਸੈਕਟਰ ਲਈ ਵੱਡੀ ਤਬਦੀਲੀਆਂ ਵਾਲਾ ਸਾਬਤ ਹੋਇਆ ਇਸ ਰੁੱਤਾ ਚ ਚੀਨੀ ਦਾ ਰਿਕਾਰਡ 109 ਲੱਖ ਮੀਟ੍ਰਿਕ ਟਨ ਥਾਵਾ ਮਤੇ ਦਾ ਨਿਰਯਾਤ ਹੋਇਆ ਮੰਤਰਾਲੇ ਨੇ ਵੀ ਆਖਿਆ ਜੇ ਸਹਾਇਕ ਅੰਤਰਰਾਸ਼ਟਰੀ ਕੀਮਤਾਂ ਤੇ ਕੇਂਦਰ ਸਰਕਾਰ ਦੀ ਨੀਤੀ ਕਰੀ ਭਾਰਤੀ ਖੰਡ ਉਦਯੋਗ ਨੇ ਇਹ ਉਪਲਬਧੀ ਹਾਸਲ ਕੀਤੀ ਹੈ मुल्ख के बिस्स पिछले चौवी घंटे दौरान कोरोना दो हजार पांच सौ नत्ती नये मामले सामने आए हैं इन नये मामलों की रलाइए अजें तोरी सामने आई चुके दे, कुल मामले की गिनरी चार करोड़ छताली लख चार हजार चार सौ त्रेंठ हो गई है मुल्ख एरोना सक्रिय मामलों की गिनरी बत्तीस हजार अट्ठ सौ है सेहत मंत्रालय आसे अडलै जारी आंकड़े मुजब पिछले चौवीय घंटे दौरान बारह हो कोरोना कस्टरियों की मौत के मुल्खच लागे कारण जान मु चुकेदी कुल गिनरी पांच हजार सत सौ पंताली तगर पुजी गई है मुल्ख कोरोना कसरियों के नरोए होने की दर एल अठानवे षारिया सत चार फीसद है जल्ले समूलचे मुल्ख चल कोविड रोधी टीकाकरण अभियान तहत अजें तोरी दो अरब अठारह करोड़ चौरासी लख भी हजार एक सौ बासी टीके लाभार्थियों की लाए जा चुके हैं भारत दक्षिण अफ्रीका बार एक ध्याे आ्रं अंतर्राष्ट्रीय क्रिकेट मैच दी श्रृंखला का पहला मैच लखनऊ च जाग मैच दिने डेढ़ बजे शुरू होग दुए दो मैच रांची ते दिल्ली बिल बिलतरतीब नौ यार अक्टूबर खेड् शा पहले दौ टीमें बार तैय टी ट्वेंटी मैच खेडे गे श्रृंखला भारत ने त्रै दें जीती हे